देखो कर्फ्यू दे विच कितना दिन रात एक करके तनतेही दे नाल पुलिस अपना फर्ज निभा रही है, लोकां दी जान बचा रही है ते लोक बेशर्म होके उन्हां ते पत्थर वरा रहे ने, उन्हां नूं जख्मी कर रहे ने। जी हाँ, यह शर्मनाक खबर लुधियाणा तों है। लुधियाणा छावनी मुहल्ले विच जिथे एक शाम कुछ नौजवान गली विच क्रिकेट खेड रहे सन अते लॉकडाउन दे चलदिआं जदों इन्हां नौजवानां नूं पुलिस वल्लों मना कीता गया तां इन्हां नौजवानां ने PCR पुलिस मुलाजमां उत्ते पत्थरां दी साथ कर दिती, जिस दे करके ASI सुरेंद्र सिंह दे सिर ते पत्थर लगन नाल ओह बुरी तरह जख्मी हो गए, जिन्हां नूं सिविल अस्पताल जेरे इलाज कीता गया। पर सोचण वाली गल है कि आखिर लोकां नूं शर्म क्यों नहीं आती। पुलिस अपनी जान तली ते तरके साडी हिफाजत करती है ते असीं उन्हां दी जान कितां जोखम च पा सकते हां। पुलिस नूं अजिहे शरारती अंसरां खिलाफ सख्त कार्रवाई करनी चाहीदी है। किट चुक के PCR वालों के मारे उपरों जिहड़ी सुरिंदर कुमार ASI जिहड़ा PCR वाला मोटरसाइकिल चला रहा सी उन्दे सिर विच वजी, जिंदे करके उन्दा सिर तीन थावां तों फट गया, उन्दे 7 स्टिचेस लगे ने। मैं आप सब नूं दसना चाहुंदा हां कि अज छावनी मोहल्ले PCR नंबर 21 ਜਿਹਦੇ ਤੇ ASI ਦਮਨਜੀਤ ਸਿੰਘ ਤੇ ASI ਸੁਰਿੰਦਰ ਕੁਮਾਰ ਦੋਨੇ ਡਿਊਟੀ ਕਰਦੇ ਨੇ PCR ਨੰਬਰ 21। ਇਹ ਛਾਉਣੀ ਮੇਲੇ ਰਾਊਂਡ ਤੇ ਸੀ ਤਾਂ ਇਹਨਾਂ ਨੂੰ ਰਾਊਂਡ ਦੇ ਦੌਰਾਨ ਜਦੋਂ ਛਾਉਣੀ ਮੇਲੇ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਤਾਂ ਕੁਝ ਵਿਅਕਤੀ ਜਿਹੜੇ ਘਰਾਂ ਦੇ ਬਾਹਰ ਖੜੇ ਸੀ, ਇਹਨਾਂ ਨੇ ਆਪਣਾ ਮੋਟਰਸਾਈਕਲ ਰੋਕਿਆ। ਮੋਟਰਸਾਈਕਲ ਰੋਕ ਕੇ ਉਹਨਾਂ ਨੂੰ ਸਾਰਿਆਂ ਨੂੰ ਰਿਕੁਐਸਟ ਕੀਤੀ ਕਿ ਆਪੋ ਆਪਣੇ ਘਰਾਂ 'ਚ ਚਲੇ ਜਾਓ, ਕਰੋਨਾ ਬਿਮਾਰੀ ਕਰਕੇ ਕਰਫਿਊ ਲੱਗਿਆ ਹੋਇਆ। ਤਾਂ ਉੱਥੇ ਇੱਕ ਲੜਕਾ ਸੀ ਕੁਛ ਗਿੱਲ ਦੀ ਮੈਂ ਤੁਹਾਨੂੰ ਹਿਸਟਰੀ ਥੋੜ੍ਹੀ ਜਿਹੀ ਬੈਕਗਰਾਊਂਡ ਦੱਸ ਦਿਆਂ ਕਿ ਸਨੈਚਰ ਹੈ, ਹੈਬੋਵਾਲ ਥਾਣੇ ਦੇ ਵਿੱਚ ਇਹਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾ ਦਰਜ ਹੋਇਆ ਹੋਇਆ ਔਰ ਇਹ ਉੱਥੇ ਖੜਾ ਸੀ। ਇਹ ਫਟਾਫਟ ਉੱਪਰ ਗਿਆ, ਆਪਣੇ ਘਰ ਦੇ ਉੱਪਰ ਚੜਿਆ ਤਾਂ ਉੱਪਰੋਂ ਜਾ ਕੇ ਇਹਨੇ ਕਿ ਇੱਟ ਚੁੱਕ ਕੇ PCR ਵਾਲਿਆਂ ਦੇ ਮਾਰੀ ਉੱਪਰੋਂ, ਜਿਹੜੀ ਸੁਰਿੰਦਰ ਕੁਮਾਰ ASI ਜਿਹੜਾ PCR ਵਾਲਾ ਮੋਟਰਸਾਈਕਲ ਚਲਾ ਰਿਹਾ ਸੀ ਉਹਦੇ ਸਿਰ ਵਿੱਚ ਵੱਜੀ, ਜਿਹਦੇ ਕਰਕੇ ਉਹਦਾ ਸਿਰ ਤਿੰਨ ਥਾਵਾਂ ਤੋਂ ਫਟ ਗਿਆ, ਉਹਦੇ 7 ਸਟਿਚਸ ਲੱਗੇ ਨੇ, ਜਿਹਨੂੰ ਮੁੱਢਲੀ ਟ੍ਰੀਟਮੈਂਟ ਕਰਵਾ ਕੇ ਸਟਿਚਸ ਵਗੈਰਾ ਲਵਾ ਦਿੱਤੇ ਨੇ, ਸਵੇਰੇ ਉਹਦਾ ਐਕਸਰੇ ਹੋਊਗਾ, ਉਹਦੀ ਟ੍ਰੀਟਮੈਂਟ ਚੱਲ ਰਹੀ ਹੈ। ਤਾਂ ਸੁਰਿੰਦਰ ਕੁਮਾਰ ਦੇ ਬਿਆਨ ਤੇ ਅਸੀਂ ਕੁਛ ਗਿੱਲ ਸਨ ਆਫ ਦੀਪਾ ਗਿੱਲ ਵਾਸੀ ਛਾਉਣੀ ਮੱਲਾ ਇਹਦੇ ਖਿਲਾਫ਼ FIR ਨੰਬਰ 47 ਅੰਡਰ ਸੈਕਸ਼ਨ 307 353 186 188 IPC ਥਾਣਾ ਡਿਵੀਜ਼ਨ ਨੰਬਰ 4 ਵਿਖੇ ਦਰਜ ਕਰ ਲਈ ਹੈ। ਦਰਜ ਕਰਕੇ ਕੁਛ ਗਿੱਲ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੇ ਦੌਰਾਨ ਕੁਛ ਗਿੱਲ ਨੇ ਆਪਣਾ ਜਿਹੜਾ ਜੁਰਮ ਹੈ ਉਹ ਇਕਬਾਲ ਕਰ ਲਿਆ ਔਰ ਪੁੱਛਗਿੱਛ ਕਰਨ ਤੇ ਉਹਨੇ ਵਜ੍ਹਾ ਰੰਜਿਸ਼ ਇਹ ਦੱਸੀ ਹੈ ਕਿ ਕੁਛ ਦਿਨ ਪਹਿਲਾਂ ਵੀ ਇਹਨਾਂ ਨੇ ਉਹਨੂੰ ਗਲੀ ਵਿੱਚੋਂ ਆਪਣੇ ਘਰ ਜਾਣ ਲਈ ਕਿਹਾ ਸੀ ਤਾਂ ਉਹਨੂੰ ਇਸ ਗੱਲ ਦੀ ਰੰਜਿਸ਼ ਸੀ ਔਰ ਪਿਛਲੇ 5-7 ਦਿਨ ਤੋਂ ਇਸ ਮੌਕੇ ਦੀ ਤਾੜ 'ਚ ਸੀ ਕਿ ਜੇ PCR ਵਾਲਾ ਇਸ ਗਲੀ 'ਚੋਂ ਲੰਘੇ ਤਾਂ ਉਹ ਉਹਨਾਂ ਨੂੰ ਜਾਣ ਤੋਂ ਮਾਰੂਗਾ। ਅੱਜ ਜਦੋਂ PCR ਉੱਥੇ ਜਾ ਕੇ ਖੜਾ ਤਾਂ ਉਹਨੂੰ ਇਸ ਗੱਲ ਦਾ ਮੌਕਾ ਮਿਲਿਆ, ਉਹ ਥੱਲਿਓਂ ਭੱਜ ਕੇ ਉੱਪਰ ਦੂਜੀ ਮੰਜ਼ਿਲ 'ਤੇ ਗਿਆ ਜਿੱਥੋਂ ਉਹਨੇ ਉੱਪਰੋਂ ਇੱਟ ਚੁੱਕ ਕੇ ਮਾਰੀ ਜਿਹੜੀ ਸੁਰਿੰਦਰ ਕੁਮਾਰ ਦੇ ਸਿਰ 'ਚ ਵੱਜੀ। ਇਹ ਇੱਟ ਉਹਨੇ ਮਾਰ ਦੇਣ ਦੀ ਨੀਅਤ ਨਾਲ ਮਾਰੀ ਸੀ, ਉਹਦਾ ਸਿਰ ਤਿੰਨ ਥਾਵਾਂ ਤੋਂ ਫਟਿਆ ਜਿਹਦੇ 7 ਸਟਿਚਸ ਲੱਗੇ ਨੇ। ਤਾਂ ਮੁਕੱਦਮਾ ਦਰਜ ਕਰਕੇ ਇਹਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਹਨੂੰ ਕੱਲ੍ਹ ਪੇਸ਼ ਅਦਾਲਤ ਕਰਕੇ ਇਸ ਮੁਕੱਦਮੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾਊਗੀ। ਥੈਂਕ ਯੂ।
थोड़ा ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਵਿਪਿਨ ਮਹਿਰਾ ਨਾਲ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।